ਚੰਦਗੜ੍ਹ ਕੋਲ ਦੇ ਕੁੜੀਆਂ ਦਾ ਛੇੜ ਕਰਨੀ ਨਿੱਕੀਆਂ ਬੱਕੀਆਂ ਨਾਲ ਦਰਦ ਵਾਲੇ ਬੰਦਾ ਫੜਿਆ ਸੱਤ ਅੱਠ ਸਾਲ ਦੀ ਕੁੜੀ ਹੈ ਇਹਨੂੰ ਇੱਥੇ ਗੁਰੂ ਘਰ ਦੇ ਵਿੱਚ ਐਡੀ ਵੱਡੀ ਜ਼ਿੰਮੇਵਾਰੀ ਹੈ ਇਹਦੇ ਕੋਲੇ ਤੇ ਦੇਖੋ ਇਹ ਕਿਹੋ ਜਿਹੇ ਕੰਮ ਕਰਦਾ ਇਹ ਦੱਸੋ ਇਹਨੂੰ ਬੰਦਾ ਇਹਨੂੰ ਸਮਝ ਗਿਆ ਬਸ ਡਿਊਟੀ ਤੇ ਚੜਾ ਆ ਗਿਆ ਲੋੜ ਨਹੀਂ ਆਪੇ ਮੈਸੇਜ ਆ ਜਾਊਗਾ ਵੀ ਕੀ ਕਰਨਾ ਇਹਦੇ ਨਾਲ दलिया मैनू पहला पता ना तेरा ठहर मार नंदगढ़ कोटड़े तो एक दलाह आई थी भी ऐ करके गुरुद्वारे च जिहड़ा उत्थों दे पाठी है उन्हें एक बच्ची नाल गलत हरकत कीती है असीं दी मौके ते पहुँच के बंदे नूं अरैसट किया तो उहदे ते एफ आई आर दर्ज की है जी पॉक्सो एक्ट 354 है तो 354 की धारा लाई है IPC की तो बंदे नूं अरैसट कर लिया तो अज पेश कर रहे हैं मजिस्ट्रेट साहब ने बच्चे ने आप आके दस्या सी ते भी मेरे नाल गलत हो गया बच्चे दे चाचे दे बयान ते सी बच्चे दे उत्ते बच्चे दी उम्र 9 साल दे करीब है जी 9-10 बच्ची असल च 10वीं दा जिहड़ा अपना सीगा 10वीं ते गुरुद्वारे गए सी अपने चाचे नाल ते ओह बच्ची खेडदी उधर चली गई ते ਉਹਨੇ ਆ ਕੇ ਆਪਣੇ ਚਾਚੇ ਨੂੰ ਦੱਸਿਆ ਵੀ ਇਹ ਮੇਰੇ ਨਾਲ ਵੀ ਆ ਉਹਨੇ ਗਲਤ ਹਰਕਤ ਕੀਤੀ ਹੈ ਅਤੇ ਉਹ ਜਦੋਂ ਉੱਥੇ ਉਹਦੇ ਕੋਲ ਪੁੱਛਣ ਗਏ ਤਾਂ ਉਹ ਥੋੜ੍ਹਾ ਜਿਹਾ ਟਣ ਲੱਗਿਆ ਅਤੇ ਭੱਜਣ ਲੱਗਿਆ ਅਤੇ ਉੱਥੇ ਪਿੰਡ ਦੇ ਲੋਕਾਂ ਨੇ ਉਹਨੂੰ ਘੇਰ ਲਿਆ ਵੀ ਪੁੱਛਣ ਲੱਗੇ ਉਹ ਤੋਂ ਫਿਰ ਸਾਨੂੰ ਫੋਨ ਕਰਤਾ ਸੀ ਅਸੀਂ ਮੌਕੇ 'ਤੇ ਚਲੇ ਗਏ ਸੀ ਇਹ FIR ਰਜਿਸਟਰ ਹੋ ਹਾਂਜੀ ਮੰਨਿਆ ਉਹਨੇ ਗਲਤੀ ਮੰਨ ਲਈ ਹਾਂ ਉਸ ਟਾਈਮ ਉੱਥੇ ਹੈ ਨਹੀਂ ਸੀ ਕਮਿਟੀ ਦਾ ਪਰਿਵਾਰ ਇਕੱਲੇ ਸੀਗੇ ਇਹ 7 ਸਾਲ ਤੋਂ ਰਹਿ ਰਹੇ ਜੀ ਉੱਥੇ 7 ਸਾਲ ਤੋਂ ਉੱਥੇ ਗ੍ਰੰਥ ਕਿੰਨੀ ਉਮਰ ਹੈ ਗ੍ਰੰਥ ਸਿੰਘ 60 ਸਾਲ ਦੀ ਉਮਰ ਹੈ ਜੀ ਗ੍ਰੰਥ ਸਿੰਘ ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।